हाँ जी सुनते जी, कब हुआ था आपका मेनिंजियस बाईपास? मेरा हुआ है 15 नवंबर 2013। ओके, 2 साल हो गया, 1.5 साल 2 साल ना। कितना वेट सी थोड़ा ऑपरेशन तो पहला? 116 ते आज कितना है? 70 ओके, ऑलमोस्ट 45 किलो घट गया ना। फिर की प्रॉब्लम आंदी है ऑपरेशन तो पहला? सांस दी प्रॉब्लम सी। सडन रेंज प्रॉब्लम आंदी सी, ਰਾਤ ਨੂੰ ਸਨੋਰਿੰਗ ਹੁੰਦੀ ਸੀ ਸੁੱਤੇ ਨੂੰ, ਇਸ ਲਈ ਪੇਸ਼ੀਆਂ ਦੀ ਪ੍ਰੋਬਲਮ ਵੀ ਸੀ ਥੋੜ੍ਹੀ। ਆਕਸੀਜਨ ਦੀ ਵੀ ਪ੍ਰੋਬਲਮ ਸੀ, ਆਕਸੀਜਨ ਸੌਣ ਦੇ ਬਾਅਦ ਬਹੁਤ ਘੱਟ ਜਾਂਦੀ ਸੀ। ਓਕੇ, ਅਤੇ ਓਪਰੇਸ਼ਨ ਤੋਂ ਬਾਅਦ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ? ਹੁਣ ਕੁਛ ਵੀ ਨਹੀਂ ਹੈ, ਸਭ ਕੁਝ ਜੀਰੋ। ਹੁਣ ਤਾਂ ਨਹੀਂ ਸਨੋਰਿੰਗ ਹੁੰਦੀ ਜਾਂ ਬ੍ਰੈਥਲੈਸਨੈਸ? ਓਕੇ, ਡਾਇਟ ਕਿੱਦਾਂ ਚੱਲਦੀ ਹੈ? ਦੁੱਧ ਦਹੀਂ ਵਧੀਆ ਲੈ ਲਓ? ਕਿੰਨੇ ਫੁਲਕੇ ਲੈ ਲੈਂਦੇ ਹੋ ਖਾ ਵਿੱਚ? ਪ੍ਰੋਟੀਨ 'ਚ ਜਨਰਲੀ 1 ਜਨਰੇਟ ਚਪਾਤੀ। ਓਕੇ, ਔਰ ਨੋਨ ਵੈਜ ਲੈ ਲੈਂਦੇ ਹੋ? ਜੀ ਠੀਕ ਹੈ। ਡਾਇਟ ਆਪਣੇ ਇੱਦਾਂ ਤੁਸੀਂ ਹਾਈ ਪ੍ਰੋਟੀਨ ਡਾਇਟ ਰੱਖਣੀ ਹੈ, ਚਿਕਨ, ਨੋਨ ਵੈਜ, ਦੁੱਧ, ਦਹੀਂ, ਲੱਸੀ, ਕੱਚਾ ਪਨੀਰ ਹੋ ਗਿਆ ਜ਼ਿਆਦਾ ਲੈਣਾ, ਫਰੂਟਸ, ਵੈਜੀਟੇਬਲਸ ਲੈਂਦੇ ਰਹੋ, ਔਰ ਮਲਟੀਵਾਈਟਮਿਨਸ ਤੁਸੀਂ ਰੈਗੂਲਰ ਰੱਖਣੇ ਆ, ਡੇਲੀ ਲੈਣਾ, ਔਰ ਬਲੱਡ ਟੈਸਟ ਕਰਵਾਉਂਦੇ ਰਹਿੰਦੇ ਆ 6 ਮੰਥਸ ਬਾਅਦ, ਜਿਵੇਂ ਰੂਟੀਨ, ਜਿਹਦੇ ਵਿੱਚ ਹੀਮੋਗ੍ਰਾਮ, ਕੈਲਸ਼ੀਅਮ, ਆਇਰਨ, ਬੀ12, ਇਹ ਚੀਜ਼ਾਂ ਤੁਸੀਂ ਕਰਵਾਉਂਦੇ ਰਹਿੰਦੇ ਤਾਂ ਕਿ ਕੋਈ ਡੈਫੀਸ਼ੀਐਂਸੀ ਆ ਜਾਵੇ ਤਾਂ ਆਪਾਂ ਨੂੰ ਪਤਾ ਲੱਗ ਜਾਵੇ। ਥੈਂਕ ਯੂ।